ਸੋਹਲਾ ਜੀ
Darshan kar na.
ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਾਹ ਕਾ ਬਸੀਠ, ਹਰ ਮੰਤਰ ਹਰ ਨਾਮੋ ਮੰਤਰ ਦੜਾਇਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਦਿਨਾਂ ਦਿਨੋਂ ਦੁਰੋਂ ਪਿਆਸ ਸਮਝੋ। ਗੁਰਮੁਖਾਂ ਨੇ ਕੀਰਤਨ ਕਰਦਿਆਂ ਆਖਿਆ ਸੀ ਕਿ ਦਿੱਲੀ ਦੇ ਵਿੱਚ ਜਿਹੜਾ ਜਲੂਸ ਅੱਜ ਤੱਕ ਐਡਾ ਵੱਡਾ ਇਕੱਠ ਨਹੀਂ ਹੋਇਆ ਸਨ ਬਾਬਾ ਮਾਨ ਸਿੰਘ ਹਾਜ਼ਰੀ ਦੇ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਵਸ ਮਨਾਇਆ ਗਿਆ, ਪ੍ਰਕਾਸ਼ ਰੂਪ ਦਿਵਸ। ਇਸੇ ਤਰ੍ਹਾਂ ਹੀ ਦਾਸ ਵੀ ਮੈਂ ਇਸ ਗੱਲ ਦੀ ਪ੍ਰੋੜਤਾ ਕਰਦਾ ਹਾਂ, 2 ਸਾਲ ਹੋਏ ਦਰਸ਼ਨ ਹੋਏ ਹਨ ਇੰਗਲੈਂਡ ਵਿੱਚ, 2 ਹਫ਼ਤਿਆਂ ਦੇ ਵਿੱਚ 1300 ਬੰਦੇ ਨੂੰ ਅੰਮ੍ਰਿਤ ਛਕਾ ਦੇਣਾ, 2 ਹਫ਼ਤਿਆਂ ਦੇ ਵਿੱਚ 1500 ਬੰਦੇ ਨੂੰ ਅੰਮ੍ਰਿਤ ਛਕਾ ਦੇਣਾ, ਇਹ ਤਾਂ ਆਦਿ ਕਿਤੇ 2700 ਬੰਦੇ ਨੂੰ ਅੰਮ੍ਰਿਤ ਛਕਾ ਦਿੱਤਾ ਇੱਕ ਹਫ਼ਤੇ ਦੇ ਵਿੱਚ ਹੀ, 500-600 ਬੰਦੇ ਨੂੰ ਅੰਮ੍ਰਿਤ ਛਕਾ ਦਿੱਤਾ ਟੋਰਾਂਟੋ, ਇਹ ਤਾਂ ਆਦਿ ਇਹਨਾਂ ਮੁਲਕਾਂ ਦੇ ਵਿੱਚ ਐਡੀ ਛੇਤੀ ਅੰਮ੍ਰਿਤ ਛਕਾ ਦੇਣਾ, ਐਡੀ ਛੇਤੀ ਤਿਆਰ ਕਰ ਦੇਣਾ ਅੰਮ੍ਰਿਤ ਵਲਾਖੀਆਂ ਨੂੰ ਅਤੇ ਗੁਰੂ ਦੇ ਲੜ ਲਾ ਦੇਣਾ, ਇਹ ਇੱਕ ਸ਼ਕਤੀ ਹੈ ਕੋਈ। ਕਈ ਲੋਕ ਕਹਿੰਦੇ ਸੰਤਾਂ ਵਿੱਚ ਕਰਾਮਾਤ ਕਿਹੜੀ ਹੈ, ਮੈਂ ਕਿਹਾ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਕੀ ਲੋੜ ਹੈ। ਮੈਨੂੰ ਵੀ 60-70 ਸਾਲ ਹੋ ਗਏ, ਕਈ ਦਾਸ ਦੇ ਪਿੰਡ ਦੇ ਵੀ ਇੱਥੇ ਹੈਗੇ ਨੇ, ਉਹਨਾਂ ਨੂੰ ਪਤਾ ਹੈ ਕਿ ਮੈਨੂੰ 60-70 ਸਾਲ ਹੋ ਗਏ ਆ। ਬਚਪਨ ਤੋਂ 17-18 ਸਾਲ ਦੀ ਉਮਰ ਦੇ ਵਿੱਚ ਸੰਤ ਬਾਬਾ ਰਾੜੇ ਸਾਹਿਬ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ, ਕਈ ਗੁਰਮੁਖ ਜਾਣਦੇ ਨੇ, ਉਹਨਾਂ ਦੇ ਭਰੋਸਾਏ ਨੇ ਸੰਤ ਬਾਬਾ ਮਾਨ ਸਿੰਘ ਜੀ। ਉਹਨਾਂ ਦੀ ਇਹ ਪਿੱਛੇ ਸ਼ਕਤੀ ਕੰਮ ਕਰਦੀ ਹੈ, ਇਹ ਕਰਾਮਾਤ ਨਹੀਂ ਪ੍ਰਤੱਖ ਹੈ। ਜਿਵੇਂ 10ਵੇਂ ਪਾਤਸ਼ਾਹ ਨੇ ਤੀਰ ਮਾਰਿਆ ਸੀ ਪਾਵੇ ਵਿੱਚ, ਚਲਾ ਗਿਆ ਸ਼ਾਹਿਦ ਖਾਨ ਦੇ ਜਾ ਕੇ, ਕਹਿੰਦੇ ਗੁਰੂ ਕਰਾਮਾਤ, ਦੂਸਰੇ ਤੀਰ ਦੇ ਵਿੱਚ ਲਿਖਿਆ ਮਹਾਰਾਜ ਕਹਿੰਦੇ ਕਰਤੱਵ ਹੈ, ਇਹ ਬਖਸ਼ਿਸ਼ ਹੈ ਉਸ ਨਿਰੰਕਾਰ ਦੀ ਅਕਾਲ ਪੁਰਖ ਦੀ। ਇਸੇ ਤਰ੍ਹਾਂ ਹੀ ਕਈ ਕਹਿੰਦੇ ਨੇ ਜਦੋਂ ਬਚਿੱਤਰ ਸਿੰਘ ਹਾਥੀ ਦੇ ਨਾਲ ਲੜਿਆ ਅਨੰਦਪੁਰ ਸਾਹਿਬ ਲੋਹਗੜ੍ਹ ਦੇ ਕਿਲ੍ਹੇ ਵਿੱਚ, ਜਦੋਂ ਹਾਥੀ ਛੱਡਿਆ ਗਿਆ ਤਾਂ ਉਸ ਵੇਲੇ ਬਚਿੱਤਰ ਸਿੰਘ ਕਹਿੰਦੇ ਬਹੁਤ ਛੋਟੇ ਜਿਹੇ ਕੱਦ ਦਾ ਸੀ, ਕਹਿੰਦੇ ਹਾਥੀ ਦੇ ਨਾਲ ਮੁਕਾਬਲਾ ਕੀਤਾ। ਕਿਸ ਤਰ੍ਹਾਂ ਮੁਕਾਬਲਾ ਕੀਤਾ? ਪਿੱਛੇ ਗੁਰੂ ਮਹਾਰਾਜ ਦਾ ਫਿਰ ਪਾਤਸ਼ਾਹ ਦਾ ਹੱਥ ਸੀ, ਉਹ ਮਹਾਰਾਜ ਦੀ ਜਿਹੜੀ ਦ੍ਰਿਸ਼ਟੀ ਸੀ, ਕਟਾਕਸ਼ ਨਿਗਾਹ ਜਿਹੜੀ ਕੰਮ ਕਰਦੀ ਸੀ, ਮਿਹਰ ਦੀ ਨਿਗਾਹ। ਇਸੇ ਤਰ੍ਹਾਂ ਸੰਤ ਬਾਬਾ ਰਾੜੇ ਸਾਹਿਬ ਸੰਤ ਈਸ਼ਰ ਸਿੰਘ ਜੀ ਗੁਰਮੁਖ ਪਿਆਰੇ ਕੇ ਜਾਣਦੇ ਨੇ, ਜਿਹਨਾਂ ਦਾ ਨਾਂ ਲਿਆ ਹੀ ਮਨ ਨੂੰ ਠੰਡ ਪੈਂਦੀ ਹੈ, ਜਿਹਨਾਂ ਲੱਖਾਂ ਹੀ ਪ੍ਰਾਣੀ ਗੁਰੂ ਮਹਾਰਾਜ ਦੇ ਨਾਲ ਜੋੜੇ ਨੇ, ਅਤੇ ਉਸੇ ਤਰ੍ਹਾਂ ਉਹਨਾਂ ਦੀ ਸੰਪਰਦਾਈ ਇਸੇ ਤਰ੍ਹਾਂ, ਨਾ ਕਿਸੇ ਤੋਂ ਗੱਲ ਕਹਾਉਣੀ, ਨਾ ਮੰਗਣਾ, ਨਾ ਕੋਈ ਅਪੀਲ ਕਰਨੀ, ਨਾ ਕੋਈ ਉਗਰਾਹੀ ਕਰਨੀ, ਨਾ ਹੋਰ ਕਿਸੇ ਕਿਸਮ ਦੀ ਮੰਗ ਹੈ। ਉੱਥੇ ਪਹਿਵੇ ਵੀ ਜਾ ਕੇ ਤੱਕ ਉਹ ਦਾਸ ਦੇਖ ਕੇ ਆਇਆ ਹੈ, ਹਜ਼ਾਰਾਂ ਹੀ ਉੱਥੇ ਲੰਗਰ ਛਕਣ ਵਾਲੇ ਨੇ, 100 ਕਮਰਾ ਇਸੇ ਜਲੰਧਰ ਦੇ ਲਾਗੇ। ਉੱਥੇ ਵੀ ਥੋੜ੍ਹੇ ਦਿਨ ਦੇ ਵਿੱਚ ਹੀ ਮਹਾਂਪੁਰਖਾਂ ਨੇ ਐਸੀ ਹੋ ਬਖਸ਼ਿਸ਼ ਕੀਤੀ ਜਿਸ ਦੀ ਮੈਂ ਵਡਿਆਈ ਨਹੀਂ ਕਰ ਸਕਦਾ। ਇਸ ਕਰਕੇ ਮਹਾਂਪੁਰਖ ਜਿਹੜੇ ਹੁੰਦੇ ਨੇ, ਸਾਧੂ ਹੁੰਦੇ ਨੇ, ਸਾਧੂ ਦੀ ਸੰਗਤ ਤੋਂ ਬਗੈਰ, ਜਿਹੜੇ ਲੋਕ ਕਹਿੰਦੇ ਨੇ ਵੀ ਸਾਧੂ ਦੀ ਸੰਗਤ ਨਹੀਂ ਕਰਨੀ ਚਾਹੀਦੀ, ਮਹਾਰਾਜ ਕਹਿੰਦੇ ਸਾਧੂ ਦੀ ਸੰਗਤ ਤੋਂ ਬਗੈਰ ਹੋਮੇ ਦਾ ਕੰਡਾ ਨਿਕਲ ਨਹੀਂ ਸਕਦਾ, ਲੱਖ ਕੋਈ ਯਤਨ ਕਰੀ ਜਾਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਾਧੂ ਜਿਹੜੇ ਗੁਰਮੁਖ ਮਹਾਰਾਜ ਦੇ ਲੜ ਲਾਉਂਦੇ ਨੇ, ਮਹਾਰਾਜ ਨੂੰ ਹਾਜ਼ਰ ਨਾਲ ਸਮਝ ਕੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਲ ਸਮਝ ਕੇ ਇਹਦੇ ਲੜ ਲਾਉਂਦੇ ਨੇ, ਅੰਮ੍ਰਿਤ ਛਕਾਉਂਦੇ ਨੇ। ਅੰਮ੍ਰਿਤ ਗੁਰੂ ਮਹਾਰਾਜ ਦਾ ਹੈ, ਹੋਰ ਕਿਸੇ ਸਾਧੂ ਸਮਝਾ, ਹੋਰ ਕਿਸੇ ਗੁਰਮੁਖ ਪਿਆਰੇ ਦਾ ਨਹੀਂ, ਅੰਮ੍ਰਿਤ ਕਲਗੀਆਂ ਵਾਲੇ ਦਾ ਹੈ। ਉਸੇ ਤਰ੍ਹਾਂ ਹੀ 5 ਪਿਆਰੇ ਅੰਮ੍ਰਿਤ ਛਕਾਉਂਦੇ ਨੇ ਅਤੇ ਗੁਰਮੰਤਰ ਦਿੰਦੇ ਨੇ, ਮੂਲ ਮੰਤਰ ਦਾ ਮੰਤਰ ਦਿੰਦੇ ਨੇ। ਇਹ ਤਾਂ ਅਲਗ ਉਹਦੀਆਂ ਉਗਤੀਆਂ ਜੁਗਤੀਆਂ ਜਿਹੜੀਆਂ ਨੇ ਸਾਧੂ ਸੰਤ ਮਹਾਂਪੁਰਖ ਦੱਸਦੇ ਨੇ, ਉਹ ਜਿਹੜੇ ਜਿਸ ਤਰ੍ਹਾਂ
ਪਿੱਛੇ ਰਹਿ ਜਾਂਦੇ ਨੇ ਜਾਂ ਟੁੱਟ ਜਾਂਦੇ, ਉਹਨਾਂ ਨੂੰ ਫਿਰ ਮਹਾਰਾਜ ਦੇ ਨਾਲ ਲੜ ਲਾਉਂਦੇ ਨੇ। ਇਸ ਤਰ੍ਹਾਂ ਆਪ ਜੀ ਨੂੰ ਨਿਹਾਲ ਕਰਨਗੇ। ਆ ਇੱਕ ਧਾਰਨਾ ਪੜ੍ਹ ਸੰਸਾਰ ਦੇ ਵਿੱਚ ਸਭ ਤੋਂ ਉੱਤਮ ਡੰਡੌਤ ਵੱਡਾ ਵੱਡਾ ਪੁੰਨ ਹੈ। ਸਤਿਪੁਰਸ਼ਾਂ ਦਾ ਸਤਿਕਾਰ ਕਰਨਾ, ਡੰਡੌਤ ਕਰਨੀ, ਗੁਰੂ ਮਹਾਰਾਜ ਹਰ ਕਦਮ ਹਰ ਕਾ ਸੇਵਕ ਹਰ ਹੀ ਜਿਹਾ ਆਪ ਜੀ ਨੂੰ ਨਿਹਾਲ ਕਰਨਗੇ। ਇਸੇ ਤਰ੍ਹਾਂ ਤਿੰਨਾਂ ਹਿੱਸਿਆਂ ਵਿੱਚ ਬੋਲਣ ਦੀ ਕੋਸ਼ਿਸ਼ ਕਰਨਾ। ਬੀਬੀ ਗੱਜ ਵੱਜ ਕੇ ਬੋਲਿਆ ਕਰੋ, ਦੱਸ ਦੇ ਕੋਈ ਵੱਡ ਘਟਕ ਨਿਕਲੇ ਸੁਣਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।